ਉਹ 2:30 ਵਜੇ ਆਇਆ ਸੀਗੇ ਜੀ 2:30 ਵਜੇ ਆਇਆ ਸੀ ਬਸ ਇੰਨਾ ਚਿਰ ਤੋ ਖੜਾ ਵੀ ਨਹੀਂ ਹੈਗਾ ਉਹਦੀ ਮੁਰਗੇ ਪਾਣੀ ਤਾਂ ਨਹੀਂ ਪੀਤੇ ਉਹ ਉਥੋਂ ਉਰੋਂ ਨਹੀਂ ਹੋਇਆ ਗੇਟ ਚੋ ਪੰਜ ਚਾਰ ਮਿੰਟ ਬੈਠਾ ਉਹ ਬੈਡਾਂ ਤੇ ਬੈਠਾਗਾ ਤੇ ਮੈਂ ਆਖਿਆ ਵੀ ਮੈਂ ਚਾਹ ਲਿਆ ਦੇ ਨਹੀਂ ਕਹਿੰਦਾ ਨਾ ਕਹਿੰਦਾ ਨਾ ਮੈਨੂੰ ਚਾਹ ਦੀ ਲੋੜਾ ਨਾ ਮੈਨੂੰ ਪਾਣੀ ਦੀ ਲੋੜਾ ਮੈਂ ਸਾਰਾ ਕੁਝ ਖਾ ਪੀ ਕੇ ਆਇਆ ਹਾਂ ਪਰ ਮਨ ਦਾ ਕੀ ਪਤਾ ਸੀਗਾ ਉਹਦਾ ਜੇ ਮਹਾਰਾਜ ਜੀ ਦੱਸ ਦਿੰਦੇ ਤਾਂ ਫਿਰ ਅਸੀਂ ਆਉਂਦਾ ਜੀ ਵਖ ਵਿਚਾਰ ਲਾਂਦੇ ਜਿੱਦੇ ਉਸ ਦਿਨ ਆਇਆ ਸੀਗਾ ਕੋਈ ਗੱਲਬਾਤ ਇਸ ਤਰੀਕੇ ਦੀ ਹੋਈ ਕਿਉਂਕਿ ਗੱਲਾਂ ਤਾਂ ਹੋਈਆਂ ਹੋਣੇ ਕਰੀ ਸੀਗਾ ਜੀ ਕੋਈ ਮੈਂ ਸੀ ਮੇਰੇ ਨਾਲ ਜੇ ਫਿਰ ਮੇਰੇ ਨਾਲ ਉਹਨੇ ਕੀ ਗੱਲ ਕਰਨੀ ਮੈਂ ਤਾਂ ਸੋਥੋ ਡਰ ਗਈਆਂ ਹੁਣ ਪਸਾਟਾ ਦਾ ਬਣਾਇਆ ਅੱਛਾ ਹਾਂ ਆ ਪਿੱਛੇ ਕਹਿੰਦਾ ਮੈਂ ਸਾ ਮਾਸੀ ਕੀ ਸਾਤੇ ਦੀਦੀ ਵੀ ਕਿੰਨਾ ਤੇ ਸਮਾਨ ਫਟਿਆ ਕਿੰਨਾ ਕੋਈ ਨਿਸ਼ਕਾਨ ਹੋ ਗਿਆ ਵੀ ਛੱਟਫੇਟ ਤਾਂ ਨਹੀਂ ਲੱਗੀ ਮੈਂ ਕਿ ਛੱਟਫੇਟ ਕੋਈ ਲੱਗੀ ਨਹੀਂ ਵੀ ਮੇ ਰੋਟੀ ਪਾਣੀ ਸਾਰਾ ਕੁਛ ਏਤੀ ਬਣਾਇਆ ਅੱਥ ਨੇ ਤੇ ਵੀ ਅਸੀਂ ਬਾਹਰ ਹੋ ਗਏ ਸੀ 8 ਵਜੇ 8 ਵਜੇ ਦੇ ਨਾਲ ਅੱਥ ਨੇ 7:30 ਪਹਿਲਾਂ ਪਤਾ ਲੱਗ ਜਾਨਾ ਸੀ ਕੋਈ ਇਸ ਦੀ ਵਧੀਆ ਅੱਛੀ ਦੱਸ ਦਿੰਦੇ ਸਾਰੇ ਪਿੰਡ ਦਾ ਜਵਾਖ ਤੇ ਮਸਾਹ ਚ ਦੱਸ ਦਿੰਦੇ ਅੱਛੀ ਓਦੀ ਬਾਗ ਜਾਂਦੇ ਮਿੰਟੋ ਮਿੰਟੀ ਓਦੀ ਬਚਤ ਹੋ ਜਾਂਦੀ ਜਵਾਖ ਦੀ ਇੱਕ ਜਵਾਖ ਤੇ ਆਲੇ ਦੇ ਕਰੇ ਪਤਾ ਬੇਟਾ ਮੁੱਦਾ ਵੱਜ ਗਿਆ ਲੈ ਸਾਨੂੰ ਬਹੁਤ ਦੁੱਖ ਆ ਬਾਈ ਸਾਡਾ ਵੀ ਸਾਡਾ ਵੀ ਜਵਾਖ ਹੀ ਤਾਂ ਉਹ ਕੌਣ ਜਾਣਦਾ ਸੀ ਜੇ ਐਂ ਕਹ ਦਿੰਦੇ ਤੁਸੀਂ ਕਿੱਥੇ ਅਸੀਂ ਕਹਿੰਦੇ ਮੂਸੇ ਤੋਂ ਕਹਿੰਦੇ ਤੁਸੀਂ ਦੇਖਿਆ ਤੁਸੀਂ ਆਪ ਆਹ ਕੀਤਾ ਉਸ ਕਹਿੰਦੇ ਸਾਡੇ ਕੋਲ ਹੀ ਰਹਿੰਦਾ ਜਵਾਖ ਆ ਸਾਡਾ ਵੀ ਜਿਹਦਾ ਆਉਂਦਾ ਸਾਰੇ ਮਿਲ ਕੇ ਜਾਂਦਾ ਗਲੀਆਂ ਚ ਆਉਂਦਾ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਰਜਾਨਾ ਸਪੋਕਸਮੈਨ ਤੇ ਮੈਂ ਪਰਮਦੀਪ ਰਾਣਾ ਸੰਦੀਪ ਕੇਕੜਾ ਜੋ ਅਹਿਮ ਰੋਲ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਨਿਭਾਉਂਦਾ ਹੈ ਟਰੈਕੀ ਕਰਦਾ ਹੈ ਸਭ ਤੋਂ ਪਹਿਲਾਂ ਜੋ ਸੈਲਫੀ ਖਿੱਚਵਾਉਣ ਦੇ ਲਈ ਪਹੁੰਚਦਾ ਹੈ ਤਾਂ ਉਹ ਪਿੰਡ ਮੂਸਾ ਕਿੱਥੇ ਸੀ ਉਹ ਸਭ ਨੂੰ ਪਤਾ ਵੀ ਜਿਵੇਂ ਉਸਨੇ ਬਿਆਨਾਂ ਦੇ ਵਿੱਚ ਦੱਸਿਆ ਵੀ ਉਹ ਆਪਦੀ ਮਾਸੀ ਦੇ ਘਰੇ ਸੀ ਪਰ ਮਾਸੀ ਦਾ ਕਹਿਣਾ ਕੁਝ ਹੋਰ ਹੈ ਜਿ ਪਿੰਡ ਮੂਸਾ ਹੀ ਉਸ ਦੀ ਮਾਸੀ ਜਿਹੜੀ ਉਹ ਤਾਂ ਮਾਸੀ ਕਹਿ ਰਿਹਾ ਪਰ ਮਾਸੀ ਦਾ ਕਹਿਣਾ ਕੁਝ ਹੋਰ ਹੈ ਵੀ ਦੂਰ ਦੀ ਰਿਸ਼ਤੇਦਾਰੀ ਸੀ ਤੇ ਪਤਾ ਲੈਣ ਲਈ ਆਇਆ ਸੀ ਘਰ ਦੇ ਹਾਲਾਤ ਕੁਝ ਠੀਕ ਨਹੀਂ ਸੀ ਤੇ ਜਿਸ ਦਾ ਪਤਾ ਲੈਣ ਲਈ ਉਹ ਪਿੰਡ ਮੂਸਾ ਪਹੁੰਚਿਆ ਸੀ ਤੇ ਗੱਲਬਾਤ ਵੀ ਕਰਦੇ ਆਂ ਵੀ ਉਸ ਦਿਨ ਗੱਲਬਾਤ ਕੀ ਹੋਈ ਸੀ 29 ਤਰੀਕ ਨੂੰ ਜਿਹੜਾ ਜਦੋਂ ਇਹ ਹਾਦਸਾ ਵਾਪਰਦਾ ਤਾਂ ਕੁਝ ਲੋਕ ਜਿਹੜੇ ਇਹ ਵੀ ਕਹਿੰਦੇ ਆ ਵੀ ਉਹ 15-20 ਦਿਨ ਇੱਥੇ ਰਿਹਾ ਆਪਣੇ ਦੋਸਤਾਂ ਦੇ ਨਾਲ ਰੈਕੀ ਕਰਨ ਵਾਲਿਆਂ ਦੇ ਨਾਲ ਪਰ ਇੱਥੇ ਜਿਹੜਾ ਕੁਝ ਹੋਰ ਨਜ਼ਰ ਆ ਰਿਹਾ ਆ ਆਪਾਂ ਗੱਲਬਾਤ ਕਰਦੇ ਆਂ ਉਸ ਦੀ ਮਾਸੀ ਦੇ ਨਾਲ ਤੇ ਕੀ ਕਹਿਣਾ ਜੀ ਜਿਹੜਾ ਉਸ ਦਿਨ ਵਾਕਿਆ ਵਾਰ ਜਿਹੜਾ ਹੋਇਆ ਤੇ ਕਿੰਨੇ ਵਜੇ ਆਇਆ ਸੀ ਉਹ ਉਹ 2:30 ਵਜੇ ਆਇਆ ਸੀ ਜੀ 2:30 ਵਜੇ ਆਇਆ ਸੀ ਬਸ ਇੰਨਾ ਚਿਰ ਤੋ ਖੜਾ ਵੀ ਨਹੀਂ ਹੈਗਾ ਉਹਦੀ ਮੁਰਗੇ ਪਾਣੀ ਤਾਂ ਨਹੀਂ ਪੀਤੇ ਉਹ ਉਥੋਂ ਉਰੋਂ ਨਹੀਂ ਹੋਇਆ ਗੇਟ ਚੋ 5-4 ਮਿੰਟ ਬੈਠਾ ਉਹ ਬੈਡਾਂ ਤੇ ਬੈਠਾਗਾ ਤੇ ਮੈਂ ਆਖਿਆ ਵੀ ਮੈਂ ਚਾਹ ਲੈ ਦੇਣੀ ਕਹਿੰਦਾ ਨਾ ਕਹਿੰਦਾ ਨਾ ਮੈਨੂੰ ਚਾਹ ਦੀ ਲੋੜ ਨਾ ਮੈਨੂੰ ਪਾਣੀ ਦੀ ਲੋੜ ਮੈਂ ਸਾਰਾ ਕੁਝ ਖਾ ਪੀ ਕੇ ਆਇਆ ਬਸ ਇਹ ਜਵਾਬ ਦਿੱਤਾ ਉਹਨੇ ਮੈਨੂੰ ਤੇ ਮੁਰਕੇ ਵੇਸੇ ਕੋ ਖੜਿਆ ਨਹੀਂ ਹੋਗਾ ਨਾ ਹੀ ਹੋਇਆ ਉਹਦੂ ਵਾਰ ਸਾਨੂੰ ਕੈਮਰੇ ਚ ਜਿਹਦੇ ਉਹਦੀ ਫੋਟੋ ਆਈ ਨਾ ਬੋਲੇ ਫੇਰ ਪਤਾ ਲੱਗਿਆ ਵੀ ਉਹਨੂੰ ਦੱਸ ਦੇ ਉਹ ਕਹਿੰਦਾ ਮੇਰੀ ਮਾਸੀ ਦੇ ਘਰੇ ਆਇਆ ਸੀ ਮੈਂ ਵੀ ਉਹ ਰਿਹਾ ਵੀ ਇੱਥੇ ਨਹੀਂ ਨਾ ਜੀ ਨਹੀਂ ਰਿਹਾ ਜੀ ਕਿਸੇ ਨੇ ਮਰਜੀ ਪੁੱਛ ਲਓ ਵਾਰ ਤੇ ਵਾਰ ਆ ਆ ਵੇਖਾ ਸਾਡਾ ਜੇਠ ਖੜਾ ਇਹਨੂੰ ਪੁੱਛ ਲਓ 20 ਦਿਨ ਰਾਤ ਘਰੇ ਰਹਿੰਦਾ ਵੀ ਜੇ ਅਸੀਂ ਜਾਈਏ ਤੇ ਇਹਨੂੰ ਚਾਬੀ ਫੜੱਕ ਜਾਣੀ ਹੁੰਦੀ ਆ ਵੀ ਕਹਦੇ ਨੇ ਵੀ ਤੂੰ ਸਾਡੇ ਘਰ ਦੀ ਨਿਗਰ ਰੱਖੀ ਵੀ ਜੇ ਕੋਈ ਆ ਕਰ ਗਿਆ ਇਹ ਸਾਰੇ ਦਿਨ ਰਾਤ ਘਰੇ ਰਹਿੰਦੇ ਇਹਨਾਂ ਨੂੰ ਪੁੱਛ ਲਾ ਵੀ ਜੇ ਕੋਈ ਵੀ ਸਾਡੇ ਘਰ ਕੋਲ ਲੱਗਦਾ ਸੀ ਵੀ ਇਸ ਤਰੀਕੇ ਦਾ ਕੰਮ ਕੀ ਪਤਾ ਲੱਗਦਾ ਹੁਣ ਆਪਾਂ ਨੂੰ ਮੰਨਦਾ ਕੀ ਪਤਾ ਸੀਗਾ ਉਹਦਾ ਜੇ ਮਹਾਰਾਜ ਜੀ ਦੱਸ ਦੇਣਦਾ ਤਾਂ ਫਿਰ ਅਸੀਂ ਆਉਂਦਾ ਜੀ ਵੱਖ ਵਿਚਾਰ ਲਾਂਦੇ ਜਿੱਦੇ ਉਸ ਦਿਨ ਆਇਆ ਸੀਗਾ ਕੋਈ ਗੱਲਬਾਤ ਇਸ ਤਰੀਕੇ ਦੀ ਹੋਈ ਕਿਉਂਕਿ ਗੱਲਾਂ ਤਾਂ ਹੋਈਆਂ ਹੋਣੇ ਕਰੀ ਬੀ ਜੀ ਕੋਈ ਮੈਂ ਸੀ ਮੇਰੇ ਨਾਲ ਜੀ ਫਿਰ ਮੇਰੇ ਨਾਲ ਨੇ ਕੀ ਗੱਲ ਕਰਨੀ ਮੈਂ ਤਾਂ ਸੋਥੇ ਡਰ ਗਈਆਂ ਹੁਣ ਹਾਂਜੀ ਉਹ ਤਾਂ ਤਾਂ ਫਿਰ ਉਹਨੂੰ ਆਹ ਕਰਨਾ ਹੀ ਉਹਨੇ ਕੋਈ ਮੇਰੇ ਕੋਲ ਗੱਲਬਾਤ ਕੀਤੀ ਹੈਗੀ ਵੀ ਤੈਨੂੰ ਪਤਾ ਵੀ ਬੁੜੀਆਂ ਕੋਲੇ ਜਿਵੇਂ ਗੱਲਾਂ ਤੋਂ ਲੱਗਿਆ ਹੋਵੇ ਵੀ ਕੁਝ ਇਹੋ ਜਿਹਾ ਕਰਨਾ ਹਾਂਜੀ ਕੁਛ ਹੀ ਨਹੀਂ ਨਾ ਕਿੰਨੇ ਵਜੇ ਆਇਆ ਸੀ ਇੱਥੇ 2:30 ਵਜੇ ਆਇਆ ਸੀ ਕਿੰਨੇ ਬੰਦੇ ਸੀਗੇ ਕਾਦੇ ਤੇ ਸੀ ਗੱਡੀ ਤੇ ਮੋਟਰਸਾਈਕਲ ਤੇ ਮੋਟਰਸਾਈਕਲ ਹਾਂ ਮੋਟਰਸਾਈਕਲ ਉਹਨੇ ਅੰਦਰ ਵੀ ਨਹੀਂ ਕੀਤਾ ਉਥੇ ਉਹ ਖੜਾ ਰਿਹਾ ਬਾਹਰ ਤੁਸੀਂ ਪੁੱਛਿਆ ਵੀ ਹੋਣਾ ਵੀ ਕਿਵੇਂ ਆਇਆ ਹਾਂ ਹਾਂ ਮੈਂ ਪੁੱਛਿਆ ਸੀ ਕਹਿੰਦਾ ਮੈਂ ਤਾਂ ਗਾਹਾਂ ਤੋਂ ਆਇਆਗਾ ਕਹਿੰਦਾ ਗਾਹਾਂ ਮੈਂ ਹੀ ਨਹੀਂ ਪੁੱਛਿਆ ਵੀ ਕਿਹੜੇ ਪਿੰਡੋਂ ਆਇਆ ਆਪਾਂ ਕੋਈ ਤਾਂ ਵੀ ਆਪਾਂ ਕੀ ਲੈਣਾ ਜੀ ਨਸ਼ੇ ਪਤੇ ਤੇ ਆ ਵੀ ਆਪਾਂ ਅਗਲੇ ਦਾ ਬਾਲਾ ਕੀ ਕਰਨਾਗਾ ਤੁਹਾਨੂੰ ਪਤਾ ਸੀ ਵੀ ਨਸ਼ਾ ਪਤਾ ਕਿੰਨੇ ਚਿਰ ਤੋਂ ਕਰਦਾ ਸੀ ਇਹ ਇਹ ਤਾਂ ਹੀ ਖਾਂਦਾ ਹੀ ਰਹਿੰਦਾ ਸੀ ਕਿਹੜਾ ਕੰਮ ਕਰਦਾ ਸੀ ਨਹੀਂ ਘਰੇ ਵਰਦਾ ਸੀ ਉਥੇ ਵੀ ਨਹੀਂ ਸੀ ਵਰਦਾ ਕਾਲੇ ਵਾਲੀ ਘਰੀ ਨਹੀਂ ਖੜਦਾ ਸੀ ਇਹ ਤੇ ਜਦੋਂ ਪਤਾ ਲੱਗਿਆ ਵੀ ਏਡੀ ਬਾਰ ਦਾ ਤੈਨੂੰ ਅੰਜਾਮ ਦੇ ਗਿਆ ਹਾਂਜੀ ਕੀ ਲੱਗਿਆ ਫਿਰ ਉਦੋਂ ਉਹ ਤਾਂ ਫਿਰ ਐ ਲੱਗੇ ਬਹੁਤ ਮਾੜੀ ਗੱਲ ਹੋਈ ਵੀ ਕਿਉਂ ਆਏ ਸੈਟ ਘਰੇ ਵੀ ਅਸੀਂ ਦੱਸ ਦਿਆਂਦੇ ਸਾਡੇ ਤਾਂ ਮਾੜੇ ਜਿਹੇ ਜਵਾਨ ਹਲਾਉਣ ਨਾਲ ਜਿਵਾਖ ਦੀ ਜਾਨ ਬਚੀ ਜਾਂਦੀ ਬਿਲਕੁਲ ਹਾਂਜੀ ਆਹੀ ਹੈਗੇ ਹੋਰ ਕੋਈ ਹੋਣੀ ਹੈ ਉਹ ਕਹਿੰਦਾ ਵੀ ਮਤਲਬ ਮੇਰੀ ਸਗੀ ਮਾਸੀ ਐਦਾਂ ਦਾ ਕੁਝ ਨਹੀਂ ਨਹੀਂ ਜੀ ਮੇਰੀਆਂ ਭਣਾ ਚਿਹਰੇ ਵਾਲੀ ਆ ਚੱਲੋ ਨਾਲ ਲੈ ਚੱਲੋ ਚੜਾ ਕੇ ਤੁਹਾਨੂੰ ਦਿਖਾ ਦਿੰਦੀ ਤਿੰਨ ਭੈਣਾ ਸੀ ਤੇ ਦੋ ਭੈਣਾ ਮੇਰੀਆਂ ਚਿਹਰੇ ਵਾਲੀ ਆ ਉਹਨਾਂ ਦੇ ਜਿਵਾਖ ਛੋਟੇ ਛੋਟੇ ਏਡੇ ਏਡੇ ਜਵਾਨ ਕੀ ਬਹਾਨਾ ਬਣਾਇਆ ਉਰੇ ਆਉਣ ਦਾ ਫਿਰ ਉਹ ਸੱਤ ਦਾ ਬਣਾਇਆ ਅੱਛਾ ਹਾਂਜੀ ਆ ਵੀ ਸੇ ਕਹਿੰਦਾ ਮੈਂ ਆਖੇ ਮਾਸੀ ਕੀ 7 ਡਿਗਰੀ ਦੀ ਵੀ ਕਿੰਨਾ ਕੁ ਸਮਾਨ ਫੁੱਟਿਆ ਕਿੰਨਾ ਕੁ ਕੋਈ ਨਿਸ਼ਕਾਨ ਹੋ ਗਿਆ ਵੀ ਛੱਟਫੇਟ ਤਾਂ ਨਹੀਂ ਲੱਗੀ ਮੈਂ ਆਖੇ ਛੱਟਫੇਟ ਕੋਈ ਲੱਗੀ ਨਹੀਂ ਵੀ ਮੈਂ ਰੋਟੀ ਪਾਣੀ ਸਾਰਾ ਕੁਛ ਏਤੀ ਬਣਾਇਆ ਆਥ ਨੇ ਤੇ ਵੀ ਅਸੀਂ ਬਾਹਰ ਹੋ ਗਏ ਸੀ 8 ਵਜੇ 8 ਵਜੇ ਦੇ ਨਾਲ ਆਥ ਨੇ 7:30 ਡਿਗਰੀ ਪੂਰੇ 1:30 ਵਜੇ ਆਇਆ ਕਿੰਨਾ ਚਿਰ ਬੈਠਾ ਫਿਰ ਕਿੰਨੇ ਵਜੇ ਗਿਆ ਦੱਸਿਆ ਨਹੀਂ ਜੀ ਸਾਰੇ 10 ਮਿੰਟ ਵੀ ਨਹੀਂ ਖੜਾ ਘਰੇ ਨਹੀਂ ਕੋਈ ਹੈਗਾ ਸੀ ਮੈਂ ਹੀ ਸੀ ਕਰੇ ਮੇਰੇ ਕੋਲ ਨਹੀਂ ਖੜਾ ਹੈਗਾ ਉਹ ਅੱਛਾ ਹੋਰ ਵੀ ਜਿਹੜੇ ਪੜੋਸੀ ਨੇ ਗੱਲਬਾਤ ਕਰਦੇ ਆ ਤੁਸੀਂ ਵੀ ਦੇਖਿਆ ਜਦੋਂ ਆਇਆ ਸੀ ਇੱਥੇ ਮੈਂ ਤਾਂ ਮੇਰੀ ਪਾਣਜੀ ਆ ਪਾ ਮੇਰੇ ਤੋਂ ਪਾਣਾ ਲੱਕੀ ਉਹ ਜੀ ਮੁੰਡੇ ਦੇ ਪੱਟੇ ਤੇ ਡਿੱਗ ਪਿਆ ਚੱਟ ਵੱਜੀ ਸੀ ਉਹ ਤੇ ਮੇਰੇ ਆਉਣ ਦੇ ਤੋਂ ਦੀ ਮਾਰੇ ਕਰ ਮਾਰੀਦੀ ਮੌਤ ਹੋ ਗਈ ਸੀ ਵਿਚਾਰੀ ਉਹ ਤੇ ਕਸਮਾਨ ਪਰ ਅਸੀਂ ਅੱਡੇ ਤੇ ਤੇ ਜਦੋਂ ਅਸੀਂ ਪੁੱਛਿਆ ਵੀ ਉਹ ਉਹ ਐਸੀ ਕਹੀ ਕਿ ਮੇਰੀ ਮਾਸੀ ਦੇ ਘਰੇ ਮੇਰੇ ਘਰ ਵਾਲਾ ਕਹਿੰਦਾ ਮੈਂ ਬਾਤ ਚ ਖੜਾ ਦੇਖਿਆ ਕਹਿੰਦਾ ਉਹ ਖੜੇ ਤਾਂ 2 ਮਿੰਟ ਹੀ ਨੇ ਕਹਿੰਦਾ ਮੋਟਰਸਾਈਕਲ ਤੇ ਭੱਗ ਗਈ ਸੀ ਮੈਂ ਆਖਿਆ ਵੀ ਚਲੇ ਨਾ ਕੋਈ ਰਿਸ਼ਤੇਦਾਰ ਹੋਊਗਾ ਉਹ ਘਰੇ ਵੀ ਐਸੀ ਮੇਰੇ ਘਰ ਵਾਲਾ ਅੱਛਾ ਤੇ ਬਸ ਉਹ ਘਰੇ ਆ ਕੇ ਉਹ ਜੁੱਸ ਕੇ ਗਏ ਕੋਈ ਗੱਲ ਨਹੀਂ ਹੋਰ ਕਰੀ ਕੀ ਲੱਗਦਾ ਵੀ ਜੇ ਪਹਿਲਾਂ ਪਤਾ ਲੱਗ ਜਾਣਾ ਸੀ ਕੋਈ ਅਸੀਂ ਬੜੀ ਅੱਛੀ ਦੱਸ ਦਿੰਦੇ ਸਾਡੇ ਪਿੰਡ ਦਾ ਜਵਾਖ ਤੇ ਮਸਾਚੀ ਦੱਸ ਦਿੰਦੇ ਅਸੀਂ ਓਦੀ ਬਾਗ ਜਾਂਦੇ ਮਿੰਟੋ ਮਿੰਟੀ ਓਦੀ ਬਚਤ ਹੋ ਜਾਂਦੀ ਜਵਾਖ ਦੀ ਇੱਕ ਜਵਾਖ ਤੇ ਵਾਲੇ ਦੇ ਕਰੇ ਕਥਾ ਬੇੜਾ ਮੁੱਦਾ ਵੱਜ ਗਿਆ ਲੈ ਸਾਨੂੰ ਬਹੁਤ ਦੁੱਖ ਆ ਬਾਈ ਸਾਡਾ ਵੀ ਸਾਡਾ ਵੀ ਜਵਾਬ ਕੀਤਾ ਉਹ ਕਿਵੇਂ ਜੀ ਕਿਵੇਂ ਸਾਨੂੰ ਕਿਹੜਾ ਕੋਈ ਉਹਦੀ ਜ਼ਮੀਨ ਦਾ ਲਾਲਚ ਸੀ ਜਾਂ ਉਹਦੀ ਕੋਠੀ ਦਾ ਲਾਲਚ ਸੀ ਸਾਡੇ ਤਾਂ ਪਿੰਡ ਦੀ ਤਰੱਕੀ ਸੀ ਤਰੱਕੀ ਸੀ ਉਹ ਸੇ ਨਾ ਸਾਨੂੰ ਕੋਈ ਪੁੱਛਦਾ ਸੀ ਹੁਣ ਕੌਣ ਪੁੱਛੂਗਾ ਸਾਨੂੰ ਬਿਲਕੁਲ ਹਾਂ ਸਾਰਾ ਹੀ ਆਉ ਹੋ ਗਈ ਜੀ ਕੌਣ ਜਾਣਦਾ ਹਾਂ ਕੌਣ ਜਾਣਦਾ ਸੀ ਜੇ ਐਸੇ ਇਂ ਕਹ ਦਿੰਦੇ ਤੁਸੀਂ ਕਿੱਥੇ ਸੀ ਕਹ ਦਿੰਦੇ ਮੁੱਸੇ ਤੋਂ ਕਹ ਦਿੰਦੇ ਤੁਸੀਂ ਦੇਖਿਆ ਤੁਸੀਂ ਆਪ ਆਹ ਕੀਤਾ ਹੋ ਵਿੱਚ ਕਹ ਦਿੰਦੇ ਸਾਡੇ ਕੋਲ ਹੀ ਰਹਿੰਦਾ ਜਵਾਬ ਆ ਸਾਡਾ ਵੀ ਜਦੋਂ ਆਉਂਦਾ ਸਾਰੇ ਮਿਲ ਕੇ ਜਾਂਦਾ ਗਲੀਆਂ ਚ ਆਉਂਦਾ ਸਭ ਨੂੰ ਮਿਲ ਕੇ ਜਾਂਦਾ ਆ ਬਿਲਕੁਲ ਇਹ ਉਹ ਪਰਿਵਾਰ ਹੈ ਜਿੱਥੇ ਦੱਸਿਆ ਜਾ ਰਿਹਾ ਵੀ ਸੰਦੀਪ ਕੇਕੜਾ ਇੱਥੇ ਆਇਆ ਸੀ ਪਰ ਜੋ ਬਿਆਨ ਤੁਸੀਂ ਹੁਣ ਸੁਣਿਆ ਹੈ ਉਹ ਅਸਲ ਸਚਾਈ ਹੈ ਵੀ ਉੱਥੇ ਰੁਕਿਆ ਹੀ ਉਹ 10 ਮਿੰਟ ਸੀ ਜਿਹੜੇ ਹਾਲਾਤ ਨੇ ਪਰਿਵਾਰ ਦੇ ਤੁਸੀਂ ਵੀ ਦੇਖ ਲੇ ਵੀ ਉਹ ਬਾਹਰ ਨਹੀਂ ਇਹ ਬਣਾ ਕੇ ਆਇਆ ਸੀ ਵੀ ਦੂਰ ਦੀ ਰਿਸ਼ਤੇਦਾਰੀ ਸੀ ਤੇ ਬਹਾਨਾ ਇਹ ਬਣਾਇਆ ਵੀ ਇਸ ਛੱਤ ਜਿਹੜੀ ਡਿੱਗੀ ਹੈ ਜਾਂ ਪਰਿਵਾਰ ਦਾ ਹਾਲਚਾਲ ਦਾ ਪਤਾ ਲੈਣ ਲਈ ਜਿਹੜਾ ਇੱਥੇ ਆਇਆ ਸੀ ਜਿਹੜੀ ਅਸਲ ਸਚਾਈ ਉਹ ਤੁਹਾਡੇ ਸਾਹਮਣੇ ਲੈ ਕੇ ਆਏ ਆ ਤੇ ਹੋਇਆ ਕੀ ਸੀ ਉਸ ਦਿਨ ਉਹ ਸੰਦੀਪ ਕੇਕੜਾ ਜੋ ਸੈਲਫੀ ਖਿਚਵਾਉਂਦਾ ਨਜ਼ਰ ਆਉਂਦਾ ਤੇ ਅੱਜ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੈ ਤੇ ਜਿਹੜਾ ਪਰਿਵਾਰ ਜਿਹੜੇ ਜਿਹਨੂੰ ਉਹ ਪਰਿਵਾਰ ਦੱਸਦਾ ਤਾਂ ਉਹਨਾਂ ਵੱਲੋਂ ਵੀ ਇਹੀ ਬਿਆਨ ਹੈ ਵੀ ਸਾਨੂੰ ਨਹੀਂ ਪਤਾ ਸੀ ਜੇ ਪਤਾ ਹੁੰਦਾ ਤਾਂ ਸੀ ਪਰਿਵਾਰ ਨੂੰ ਦੱਸ ਕੇ ਉਸ ਨਾਮੀ ਪ੍ਰਸਿੱਧ ਗਾਇਕ ਦੀ ਜਾਨ ਬਚਾ ਲੈਂਦੇ ਜਿਸ ਨੇ ਸਾਡੇ ਪਿੰਡ ਦਾ ਨਾਂ ਪੂਰੇ ਵਿਸ਼ਵ 'ਚ ਰੌਸ਼ਨ ਕੀਤਾ ਕੈਮਰਾਮੈਨ ਸੋਨੂ ਦੇ ਨਾਲ ਪਰਮ ਦੀ ਪ੍ਰਾਣਾ ਰਜਾਣਾ ਸਪੋਕਸਮੈਨ ਮਾਨਸਾ